जी तुहानू भी पता है कि 27 तारीख नूं इत्थे एक वारदात होई सी जिहदे च एक गाड़ी नूं दूसरी गाड़ी नूं टॉर्चर करके असीं ले गया सी। वो जिहड़ा ए शिफ्ट गाड़ी सी जो गार्डन कलोनी दे विच तों असीं लेके गए सी, जिहड़े हैगे अणपछाते बंदे। असीं उस तों बाद जिहड़ा हैगा मामले दी गंभीरता नूं देखदे हुए असीं एक टीम बना के जिहदे च मेनली जो जिहड़ा काम कीता है वो सीनियर कॉन्सटेबल सुलक्खन सिंह PSG अजीत सिंह। आ जिहड़ा दो साडे नवे मुंडे हैगे इन्हां नूं बहुत वधिया काम कीता, इन्हां ने प्रॉपरली टैक्नीकल इंट दे राहीं अते जिहड़ा हैगा ह्यूमन इंट दे राहीं इहनूं पूरा इस चीज़ नूं ट्रेस कीता। जिहड़ा हैगा असीं फिर इहदे च एक बंदा फड़िया हैगा जिहदा नाम करनवीर सिंह है, आ बेसिकली फिरोजपुर तों बहना वाला हैगा। आ जिहड़ा जिहड़े बंदे हैगे आ बंदे इन्हां दा प्रोफाइल बड़ा ही डिफरेंट हैगा। जिहड़े इन्हां दा मॉडस ऑपरेंडी है कि आ की करदे कि पहला कोई भी गाड़ी हैगी कोई गाड़ी है स्नैच करदे हैगे, ना दी गाड़ी नूं चोरी करदे हैगे। उस तों बाद वो जिहड़ी स्नैच कीती हुई गाड़ी है या चोरी कीती गाड़ी उहदा यूज करके दूजी गाड़ियां नूं टॉर्चन करदे हैगे, वो खड़ी गाड़ियां नूं लेके तुर जांदे हैगे। आ जिहड़ा हैगा जदों असीं पूरा इन्वेस्टिगेट कीता मामला असीं देखिया तां असीं पाया तां आ बंदा जिहड़ा हैगा असीं फिरोजपुर तों गिरफ्तार कीता। ਜਦੋਂ ਅਸੀਂ ਫਿਰੋਜ਼ਪੁਰ ਤੋਂ ਗ੍ਰਿਫਤਾਰ ਕੀਤਾ ਜਦੋਂ ਅਸੀਂ ਪਾਏ ਤਾਂ ਆ ਇਹਦੇ 'ਚ ਕਾਫੀ ਵੱਡਾ ਗੈਂਗਮੈਨ ਇਹਨਾਂ ਦਾ ਨਿਕਲਿਆ। ਜਿਹੜੇ ਬਾਕੀ ਗੈਂਗ ਮੈਂਬਰ ਹੈਗੇ ਪੂਰਨ ਸਿੰਘ, ਵਿਕਰਮਜੀਤ ਸਿੰਘ ਅਤੇ ਨਮਿੰਦਰ ਸਿੰਘ, ਇਹਨਾਂ ਦੇ ਬਾਕੀ ਜਿਹੜੇ ਗੈਂਗ ਮੈਂਬਰ ਹੈ ਉਹ ਇਨ ਬਿਟਵੀਨ ਸਾਡੇ ਇਨ ਬਿਟਵੀਨ ਜਿਹੜਾ ਜ਼ਿਲ੍ਹਾ ਪੁਲਿਸ ਫਿਰੋਜ਼ਪੁਰ ਵੱਲੋਂ ਵੀ ਪਕੜੇ ਗਏ ਹੈਗੇ, ਉਹਨਾਂ ਦੇ ਵੱਲੋਂ ਵੀ ਪਕੜੇ ਗਏ ਹੈਗੇ। ਇਹਨਾਂ 'ਤੇ ਪਹਿਲੇ ਵੀ ਕਾਫੀ ਪਰਚੇ ਦਰਜ ਨੇ, ਇਹਨਾਂ 'ਤੇ ਲੁਧਿਆਣੇ, ਬਰਨਾਲਾ ਔਰ ਅੰਮ੍ਰਿਤਸਰ ਜਿਹੜੀ ਸਿਟੀ ਕਮਿਸ਼ਨਰੇਟ 'ਚ ਇਹਨਾਂ ਨੇ ਜੀ ਸੇਮ ਤਰੀਕੇ ਦੀ ਵਾਰਦਾਤਾਂ ਉੱਥੇ ਵੀ ਕੀਤੀਆਂ। ਜਿਹਦੇ ਸਿਟੀ ਬਰਨਾਲੇ 'ਚ ਵੀ ਇੱਕ ਪਰਚਾ ਵਿਸ਼ਟ ਹੋਏਗਾ, ਲੁਧਿਆਣੇ ਵੀ ਪਰਚਾ ਹੈਗਾ। ਇੱਕ ਇਹਨਾਂ ਨੇ ਇੱਕ ਵਾਰਦਾਤ ਰਣਜੀਤ ਅਵੈਨਿਊ ਅੰਮ੍ਰਿਤਸਰ 'ਚ ਵੀ ਕੀਤੀ ਹੈ। ਤੋ ਆਹ ਜਿਹੜਾ ਹੈਗਾ ਇਸ ਕਰਕੇ ਇਹਨਾਂ ਦਾ ਮੋਡਸ ਓਪਰੈਂਡੀ ਨੂੰ ਦੇਖਦੇ ਹੋਏ ਅਸੀਂ ਇਹਨੂੰ ਗੰਭੀਰਤਾ ਨੂੰ ਦੇਖਦੇ ਹੋਏ ਅਸੀਂ ਆਹ ਜਿਹੜਾ ਹੈ ਕਾਰਵਾਈ ਨੂੰ ਅੰਜਾਮ ਦਿੱਤਾ ਹੈਗਾ, ਅਸੀਂ ਫੜ ਲਿਆ ਹੈਗਾ। ਅਸੀਂ ਗੱਡੀਆਂ ਵੀ ਰਿਕਵਰ ਕੀਤੀਆਂ ਜਿਹਦੇ 'ਚ ਅਸੀਂ ਬੇਸਿਕਲੀ ਅਸੀਂ ਇਹਦੇ 'ਚ ਜੋ ਪੂਰੀ ਗੱਡੀ ਹੈ ਹਾਲੇ ਤੱਕ ਇੱਕ ਰਿਕਵਰ ਕਰ ਪਾਏ ਹੈਗੇ। ਕਿਉਂਕਿ ਇਹਨਾਂ ਨੇ ਕੀ ਕਰਨਾ ਜਦੋਂ ਗੱਡੀਆਂ ਇਹਨਾਂ ਨੂੰ ਚੋਰੀ ਕਰਨੀ, ਚੋਰੀ ਕਰਨ ਤੋਂ ਬਾਅਦ ਇਹਨਾਂ ਨੂੰ ਗੱਡੀਆਂ ਨੂੰ ਕੱਟ ਦੇਣਾ ਹੈਗਾ, ਉਹਦੇ ਪਾਰਟਸ ਵੰਡ ਕੇ ਇੱਕਦਮ ਗੱਡੀ ਨੂੰ ਇੱਕਦਮ ਉਹ ਕਰ ਦੇਣਾ ਹੈਗਾ। ਤੋ ਮੇ ਬੀ ਹੋਰ ਵੀ ਅਸੀਂ ਤਫਤੀਸ਼ ਕਰ ਰਹੇ ਹੈਗੇ, ਮੇ ਬੀ ਕਾਫੀ ਸਾਰੇ ਕੇਸਿਸ ਹੋਰ ਵੀ ਜ਼ਿਲ੍ਹਿਆਂ ਦੇ ਹੋਣਗੇ ਜਿਨ੍ਹਾਂ ਦੀ ਗੱਡੀਆਂ ਇਹਨਾਂ ਨੇ ਕੱਟ ਕੇ ਆਲਰੇਡੀ ਵੇਚ ਦਿੱਤੀਆਂ ਹੈਗੀ। ਤੋ ਉਹ ਅਸੀਂ ਤਫਤੀਸ਼ ਕਰ ਰਹੇ ਹਾਂ, ਅੱਗੇ ਜਿਹੜੀ ਵੀ ਆਏਗੀ ਉਸ ਟੇਕ ਕਰੇਗੀ। ਹੁਣ ਤੱਕ ਤੋਂ ਫੁੱਲ ਗੱਡੀ ਜਿਹੜੀ ਹੈਗੀ ਉਹ ਇੱਕੋ ਹੀ ਗੱਡੀ ਜਿਹੜੀ ਗੱਡੀ ਇੱਥੋਂ ਲੈ ਕੇ ਗਏ ਸੀ ਉਹ ਸਾਨੂੰ ਪੂਰੀ ਗੱਡੀ ਜਿਹੜਾ ਗੈਰਾਜ ਹੈ ਇਹਨਾਂ ਦਾ ਖੁਦ ਦਾ ਹੀ ਗੈਰਾਜ ਸੀ, ਤੋ ਉੱਥੇ ਕੱਟ ਕੇ ਵੇਚਦੇ ਸੀਗੇ। ਉੱਥੇ ਕਾਫੀ ਸਪੇਅਰ ਪਾਰਟਸ ਵਗੈਰਾ ਕਾਫੀ ਪਾਰਟਸ ਮਿਲੇ ਹੈਗੇ, ਚੂੰਕਿ ਇਹਨਾਂ 'ਤੇ ਬਾਕੀ ਡਿਸਟ੍ਰਿਕਟ 'ਚ ਵੀ ਮੁਕੱਦਮੇ ਰਜਿਸਟਰ ਹੈਗੇ। ਉਹ ਬਾਕੀ ਅਸੀਂ ਤਫਤੀਸ਼ 'ਚ ਦੇਖ ਰਹੇ ਹਾਂ ਕਿ ਵੀ ਕੀ ਇਹਨਾਂ ਦਾ ਅੱਗੇ ਸੀ, ਕਿਹਨੂੰ ਵੇਚਦੇ ਸੀਗੇ, ਕੀ ਹੈਗਾ। ਨਹੀਂ ਅਜੇ ਤੱਕ ਕ੍ਰਾਈਮ ਦੀ ਬਾਰੀ ਅਜੇ ਤੱਕ ਐਜ ਆਫ ਨਾਓ ਜਿੰਨਾ ਇਨਵੈਸਟੀਗੇਸ਼ਨ 'ਚ ਆਇਆ ਉਹਨਾਂ ਹਲੇ ਤੱਕ ਕ੍ਰਾਈਮ ਦੇ ਬਾਰੇ ਤੋਂ ਇਹਦੇ ਬਾਰੇ ਜਾਣਕਾਰੀ ਨਹੀਂ ਮਿਲੀ ਹੈਗੀ। ਕੋਈ ਕ੍ਰਾਈਮ ਨਹੀਂ ਹੋਇਆ, ਬਟ ਹਾਂ ਇਹਨਾਂ ਨੂੰ ਕੱਟ ਕੇ ਵੇਚਣ ਬਾਰੇ ਸਾਨੂੰ ਪਤਾ ਲੱਗਿਆ। ਹਾਂ ਜਿਨ੍ਹਾਂ ਨੂੰ ਉਹਨਾਂ 'ਤੇ ਵੱਲੇ ਆਲਰੇਡੀ ਇੱਕ ਪਰਚਾ ਫਿਰੋਜ਼ਪੁਰ ਪੁਲਿਸ ਨੇ ਵੀ ਰਜਿਸਟਰ ਕੀਤਾ ਹੈਗਾ। ਹਾਂ ਜੀ ਤੁਸੀਂ ਵੀ ਇਸ ਚੀਜ਼ ਅਸੀਂ ਵੀ ਵੈਰੀਫਾਈ ਕਰ ਰਹੇ ਹਾਂ, ਅਸੀਂ ਵੀ ਸਾਡੇ ਸਾਰੇ ਏਰੀਆ ਦੇ ਜਿੰਨੇ ਵੀ ਕਬਾੜੀ ਹੈ ਉਹਨਾਂ ਤੋਂ ਵੀ ਅਸੀਂ ਵੈਰੀਫਾਈ ਕਰ ਰਹੇ ਹਾਂ। ਉਹਨਾਂ ਨੇ ਵੀ ਅਸੀਂ ਹਦਾਇਤਾਂ ਜਾਰੀ ਕਰ ਰਹੇ ਹਾਂ ਕਿ ਬਿਨਾਂ ਵੈਰੀਫਿਕੇਸ਼ਨ ਦੇ ਅਗਰ ਕੋਈ ਗੱਡੀ ਆਉਂਦੀ ਹੈ ਤੁਹਾਨੂੰ ਸਾਡੇ ਵਿੱਚ ਸਾਨੂੰ ਵੀ ਸੂਚਨਾ ਸੂਚਿਤ ਕੀਤਾ ਜਾਵੇ। ਨਾਲ ਹੀ ਅਸੀਂ ਵੀ ਇਸ ਚੀਜ਼ ਨੂੰ ਸਪੈਸੀਫਾਈ ਕਰ ਰਹੇ ਹਾਂ ਕਿ ਅਗਰ ਸਾਡੇ ਨੌਲੇਜ 'ਚ ਇਹੋ ਜਿਹੀ ਕੋਈ ਚੀਜ਼ ਆਉਂਦੀ ਹੈ ਤਾਂ ਅਸੀਂ ਫਿਰ ਬਣਤੀ ਜਿਹੜਾ ਹੈਗਾ ਕਾਰਵਾਈ ਹੈ ਜਿਹੜਾ ਐਪਰ ਲੋਅ ਮੁਤਾਬਿਕ ਜਿਹੜਾ ਹੈ ਕਿ ਸਟੋਲਨ ਪ੍ਰੋਪਰਟੀ ਨੂੰ ਵੇਚਣ ਵਾਸਤੇ ਜੋ ਕਾਨੂੰਨ ਦੇ IPC ਦੇ ਵਿੱਚ ਸੈਕਸ਼ਨ ਹੈ ਉੱਥੇ ਕੋਲ ਕਰਦੇ ਹਾਂ। ਕਹਿ ਰਹੇ ਸੀਗਾ ਉਹ ਲੋਕਲੀ ਸੀਗਾ ਕਿ ਉਹਨਾਂ ਨੇ ਆਊਟ ਆਫ ਸਿਟੀ ਰੱਖਿਆ ਹੋਇਆ? ਨਹੀਂ 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 ਉਹ ਬੇਸਿਕਲੀ ਉਹਨਾਂ ਦਾ ਕੀ ਮੋਡਲ ਪ੍ਰਸ਼ਨ ਓਪਰੰਡੀ ਸੀ ਕਿ ਜਿਹੜਾ ਹੈਗਾ ਗੈਰੇਜ ਉਹ ਗੈਰੇਜ ਫਿਰੋਜ਼ਪੁਰ ਦੇ ਵਿੱਚ ਸੀ, ਬਟ ਉਹ ਗੱਡੀ ਜਿਹੜੀ ਹੈਗੀ ਉਹ ਦੂਰ ਦੇ ਜਿੱਦਾਂ ਫਿਰੋਜ਼ਪੁਰ ਤੋਂ ਬਰਨਾਲਾ ਈਵਨ ਪਠਾਨ ਈਵਨ ਬਰਨਾਲਾ ਲੁਧਿਆਣਾ ਜਲੰਧਰ ਅੰਮ੍ਰਿਤਸਰ ਉਸ ਤੋਂ ਲੈ ਕੇ ਜਾਂਦੇ ਸੀਗੇ ਫਿਰੋਜ਼ਪੁਰ। ਬੇਸਿਕਲੀ ਆਹ ਕੰਮ ਤਾਂ ਕੁਛ ਨਹੀਂ ਕਰਦੇ, ਬੇਸਿਕਲੀ ਕਾਰ ਮਤਲਬ ਇਹਨਾਂ ਦਾ ਕੋਈ ਸਪੈਸੀਫਿਕ ਕੋਈ ਨਹੀਂ ਹੈਗਾ। ਉਮਰ ਵੀ ਬੜੀ ਘੱਟ ਹੈਗੀ, ਜਿਹੜਾ ਬੰਦਾ ਅਸੀਂ ਫੜਿਆ ਹੈਗਾ ਉਹ ਕਰਨਵੀਰ ਹੈਗਾ, ਇਹਦੀ ਉਮਰ 25 ਸਾਲ ਹੈਗੀ। ਬੜਾ ਇਹਦਾ ਜੋ ਜੋ ਮੇਨ ਮਾਸਟਰ ਮਾਇੰਡ ਹੈ ਉਹ ਇਹਦਾ ਭਰਾ ਹੈਗਾ,
ਜੋ ਜੋ ਈਵਨ ਇਹਦੇ ਭਰਾ ਤੇ ਵੀ ਈਵਨ ਇਹਦੇ ਫਾਦਰ ਤੇ ਵੀ ਉਹਨਾਂ ਤੇ ਵੀ FIR ਹੈਗੀ ਸੇਮ ਮੋਡਸ ਆਪਰੈਂਡੀ ਹੈ ਜਦੋਂ ਜਦੋਂ ਗੱਡੀਆਂ ਨੂੰ ਟੋ ਕਰਦੇ ਸੀ ਹਾਂ ਜਿਹੜਾ ਤੁਸੀਂ ਬੰਦਾ ਫੜਿਆ ਹਾਂ ਉਹ ਇਹਦਾ ਬ੍ਰਦਰ ਉਦੋਂ ਨਾਲ ਸੀ ਇਹਦੇ ਉਦੋਂ ਨਾਲ ਸੀ ਦੋਨੋਂ ਦੋਨੋਂ ਬ੍ਰਦਰ ਨਾਲ ਸੀ ਹੁਣ ਦੂਸਰਾ ਬ੍ਰਦਰ ਦੂਸਰਾ ਬ੍ਰਦਰ ਫੋਰਸ ਪੁਲਿਸ ਨੇ ਫੜ ਲਿਆ ਦਾ ਅਸੀਂ ਉਹਨੂੰ ਲਿਆ ਰਹੇ ਹਾਂ अपने पार्टीशनिंग हो चुकी है तो फिर असि पूरा कंप्लीट करके फिर लिया रहे गड्डी एक रिकवर एक गाड़ी है बाकी ऐसी इन्वेस्टिगेशन से देख रहे हैं कि इन्होंने की किया है गाड़ियों का।